ਫੇਕ ਤੇ ਮੈਨੀਪੂਲੇਟਡ ਨਿਊਜ਼ ਥੰਮਣ ਦਾ ਨਾਮ ਨਹੀਂ ਲੈ ਰਹੀਆਂ ਨੇ ਅਸੀਂ ਰੋਜ਼ ਦੇ ਦਿਨ ਦੇ ਵਿੱਚ ਹਜ਼ਾਰਾਂ ਫੇਕ ਤੇ ਮੈਨੀਪੂਲੇਟਡ ਨਿਊਜ਼ ਸੁਣਦੇ ਆ ਜਿਹਦੇ ਵਿੱਚ ਬਹੁਤ ਸਾਰੀ ਹੇਟ ਸਪੀਚ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਝੂਠੀਆਂ ਚੀਜ਼ਾਂ ਹੁੰਦੀਆਂ ਨੇ ਜਿਹਦੇ ਉੱਤੇ ਯਕੀਨ ਕਰਨ ਨੂੰ ਸਾਡਾ ਮਨ ਕਹਿੰਦਾ ਕਿਉਂਕਿ ਅਸੀਂ ਹਰ ਪਾਸਿਓ ਉਹੀ ਖਬਰ ਸੁਣ ਰਹੇ ਹੁੰਨੇ ਆ ਇਸੇ ਦੇ ਚੱਲਦਿਆਂ ਬੀਤੇ ਦਿਨੀ ਨੋ ਕਨਵਰਜਨ ਪੇਜ ਦੇ ਉੱਤੇ ਇੱਕ ਕਾਰਵਾਈ ਹੋਈ ਹੈ ਕੀ ਸਾਰਾ ਮਾਮਲਾ ਹੈ ਜਾਣਦੇ ਆ ਇਸ ਵੀਡੀਓ ਦੇ ਵਿੱਚ ਬੀਤੇ ਦਿਨੀ ਪਾਸ ਅਲੀਸ਼ਾ ਸੁਲਤਾਨ ਜੀ ਨੇ ਇੱਕ ਨੋ ਕਨਵਰਜਨ ਨਾਮ ਦੇ ਪੇਜ ਦੇ ਉੱਤੇ ਐਫ ਆਈ ਆਰ ਲੌਂਚ ਕਰਵਾਈ ਕਿਉਂਕਿ ਇਹ ਨੋ ਕਨਵਰਜਨ ਨਾਮ ਦਾ ਸੋਸ਼ਲ ਮੀਡੀਆ ਹੈਂਡਲ ਮਸੀਆਂ ਨੂੰ ਟਾਰਗੇਟ ਕਰਕੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਪੇਜ ਉੱਤੇ ਅਜਿਹੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰ ਰਿਹਾ ਸੀ ਜਿਸ ਦਾ ਕਰਕੇ ਮਸੀਹੀ ਕੌਮ ਦੇ ਹਿੱਦ ਦੇ ਬਲੁੰਦਰੇ ਜਾ ਰਹੇ ਸਨ ਇਹ ਪੇਜ ਕ੍ਰਿਸਚਨ ਪਾਸਟਰਸ ਨੰਨਸ ਚਰਚੀਜ਼ ਨੂੰ ਬਾਈਬਲ ਦੇ ਸਿਧਾਂਤਾਂ ਨੂੰ ਟਾਰਗੇਟ ਕਰਕੇ ਇਹੋ ਜਿਹੀਆਂ ਟਿੱਪਣੀਆਂ ਕਰ ਰਿਹਾ ਸੀ ਜਿਸ ਦਾ ਕਰਕੇ ਮਸੀਹ ਕੌਮ ਦੇ ਹਿਰਦੇ ਬਲੁੰਦਰੇ ਜਾ ਰਹੇ ਸੀ ਤੇ ਇਹਨਾਂ ਨੂੰ ਰੋਕਣ ਦਾ ਕੋਈ ਸਾਧਨ ਨਹੀਂ ਸੀ ਮਿਲ ਰਿਹਾ ਇਸੇ ਤਰ੍ਹਾਂ ਦੀਆਂ ਪੋਸਟਾਂ ਦੇ ਦੁਆਰਾ ਬੀਤੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਬਹੁਤ ਸਾਰੀਆਂ ਸਟੇਟਸ ਦੇ ਉੱਤੇ ਮੌਬ ਲਿੰਚਿੰਗ ਹੋਈ ਬਹੁਤ ਸਾਰੀਆਂ ਸਟੇਟਸ ਤੇ ਲੋਕਾਂ ਉਤੇ ਅਟੈਕਸ ਕੀਤੇ ਗਏ ਕਿਸੇ ਨੇ ਆਪਣੀ ਘਰ ਦਾ ਜਾਨ ਮਾਲ ਦਾ ਨੁਕਸਾਨ ਕਰਾਇਆ ਕਿਉਂਕਿ ਇੱਕ ਫੇਕ ਪੋਸਟ ਦੇ ਚੱਲਦਿਆਂ ਲੋਕਾਂ ਨੇ ਕਿਸੇ ਇੱਕ ਪਾਰਟਿਕੂਲਰ ਇਨਸਾਨ ਨੂੰ ਟਾਰਗੇਟ ਕੀਤਾ ਤੇ ਬਹੁਤ ਸਾਰੀਆਂ ਜਗਾਵਾਂ ਤੇ ਪੂਰੀ ਖਬਰ ਦੱਸਣ ਦੀ ਬਜਾਏ ਅਧੂਰੀ ਖਬਰ ਦੱਸੀ ਗਈ ਤਾਂ ਕਿ ਕਿਸੇ ਇੱਕ ਪਾਰਟਿਕੂਲਰ ਇਨਸਾਨ ਨੂੰ ਤਾਂ ਕਿ ਇੱਕ ਪਾਰਟਿਕੂਲਰ ਪਾਰਟੀ ਨੂੰ ਤਾਂ ਕਿ ਇੱਕ ਪਾਰਟਿਕੂਲਰ ਸ਼ਖਸ ਨੂੰ ਵਿਅਕਤੀ ਵਿਸ਼ੇਸ਼ ਨੂੰ ਟਾਰਗੇਟ ਕੀਤਾ ਜਾ ਸਕੇ ਤਾਂ ਬਹੁਤ ਸਾਰੀਆਂ ਖਬਰਾਂ ਅਸੀਂ ਅਜਿਹੀਆਂ ਸੁਣੀਆਂ ਇਸੇ ਦੇ ਚਲਦਿਆਂ ਪਾਸ ਅਲੀਸ਼ਾ ਸੁਲਤਾਨ ਜੀ ਦੀ ਐਫਆਈਆਰ ਨੂੰ ਇੱਕ ਨਿਊਜ਼ ਰਿਪੋਰਟਰ ਯੂਟਿਊਬਰ ਜਿਹਨਾਂ ਨੂੰ ਅਰੈਸਟ ਕੀਤਾ ਹੈ ਜਿਹਨਾਂ ਨੂੰ ਯੂਪੀ ਤੋਂ ਅਰੈਸਟ ਕੀਤਾ ਹੈ ਰਚਿਤ ਕੌਸ਼ਿਕ ਜੀ ਦੇ ਨਾਲ ਜੋੜਿਆ ਜਾ ਰਿਹਾ ਹੈ ਸਾਰਾ ਮਾਮਲਾ ਕੀ ਹੈ ਵਿਸਤਾਰ ਦੇ ਨਾਲ ਸੁਣੋ ਪਾਸਲ ਅਲੀਸ਼ਾ ਸੁਲਤਾਨ ਜੀ ਨੇ 17 ਜਨਵਰੀ 2024 ਨੂੰ ਨੋ ਕਨਵਰਜਨ ਨਾਮ ਦੇ ਪੇਜ ਦੇ ਉੱਤੇ ਇੱਕ ਐਫਆਈਆਰ ਲੌਂਚ ਕੀਤੀ ਕਿਉਂਕਿ ਇਹ ਪੇਜ ਮਸੀਹ ਕੌਮ ਦੇ ਹਿਰਦਿਆਂ ਨੂੰ ਵਲੁੰਧਰਣ ਵਾਲੀਆਂ ਵੀਡੀਓਜ਼ ਪੋਸਟ ਕਰ ਰਿਹਾ ਸੀ ਤੇ ਮਸੀਹ ਕੌਮ ਨੂੰ ਪੂਰਨ ਰੂਪ ਦੇ ਵਿੱਚ ਟਾਰਗੇਟ ਕਰ ਰਿਹਾ ਸੀ ਇਹ ਲੋਕਾਂ ਦੇ ਮਨਾਂ ਨੂੰ ਹੇਟ ਸਪੀਚ ਦੇ ਨਾਲ ਭਰਿਆ ਸੀ ਤਾਂ ਕਿ ਲੋਕ ਭੜਕ ਕੇ ਮਸੀਹ ਕੌਮ ਦੇ ਉੱਤੇ ਟੁੱਟਣ ਤੋਂ ਦੋ ਕੌਮਾਂ ਦੇ ਵਿੱਚ ਦੰਗੇ ਪੜਕਾਏ ਜਾ ਸਕਣ ਦੋ ਕੌਮਾਂ ਦੀ ਵਿੱਚ ਸ਼ਾਂਤੀ ਨੂੰ ਪੰਗ ਕੀਤਾ ਜਾ ਸਕੇ ਜੋ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਖਿਲਾਫ ਸੀ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦਿਆਂ ਪਾਸਲੀਸ਼ਾ ਸੁਲਤਾਨ ਜੀ ਨੇ ਇਨੀਸ਼ੀਏਟਿਵ ਲਿਆ ਤੇ ਉਹਨਾਂ ਨੇ ਨੋ ਕਨਵਰਜਨ ਪੇਜ ਦੇ ਉੱਤੇ ਕਾਰਵਾਈ ਕਰਵਾਉਣ ਦਾ ਫੈਸਲਾ ਲਿਆ ਉਹਨਾਂ ਨੇ ਇਹ ਫੈਸਲਾ ਕਿਉਂ ਲਿਆ ਸਾਲ 2017 ਦੀ ਗੱਲ ਹੈ ਇੱਕ ਪਾਸਟਰ ਨੂੰ ਪੰਜਾਬ ਦੇ ਵਿੱਚ ਮਰਡਰ ਕਰ ਦਿੱਤਾ ਜਾਂਦਾ ਜਿਨ੍ਹਾਂ ਦਾ ਨਾਮ ਪਾਸਲ ਸੁਲਤਾਨ ਮਸੀਹ ਸੀ ਇਹ ਲੁਧਿਆਣਾ ਦੇ ਵਿੱਚ ਸਾਰਾ ਕਾਂਡ ਵਾਪਰਦਾ ਹੈ ਤੇ ਇਹ ਪਾਸਟਰ ਪਾਸ ਅਲੀਸ਼ਾ ਸੁਲਤਾਨ ਜੀ ਦੇ ਪਿਤਾ ਜੀ ਸਨ ਪਾਸ ਅਲੀਸ਼ਾ ਸੁਲਤਾਨ ਜੀ ਕਹਿੰਦੇ ਨੇ ਕਿ ਜੋ ਮੈਂ ਆਪਣੇ ਘਰ ਦੇ ਵਿੱਚ ਇਹਨਾਂ ਪੇजेस ਦਾ ਰਿਜ਼ਲਟ ਦੇਖਿਆ ਇਹਨਾਂ ਪੇजेस ਦੀ ਪੋਸਟ ਦਾ ਇੰਪੈਕਟ ਦੇਖਿਆ ਉਹ ਮੈਂ ਬਿਆਨ ਵੀ ਨਹੀਂ ਕਰ ਸਕਦਾ ਉਹ ਦੱਸਦੇ ਨੇ ਕਿ ਜਦੋਂ ਉਹਨਾਂ ਦੇ ਪਿਤਾ ਦੀ ਸ਼ਹਾਦਤ ਹੋਈ ਉਸ ਸਮੇਂ ਇਸੇ ਹੀ ਪੇਜ ਨੇ ਕੁਝ ਪੋਸਟ ਆਪਣੇ ਚੈਨਲ ਦੇ ਉੱਤੇ ਆਪਣੇ ਪੇਜ ਦੇ ਉੱਤੇ ਪੋਸਟ ਕੀਤੀਆਂ ਸੀ ਜਿਹਦੇ ਜਵਾਬ ਸਦਕਾ ਉਹਨਾਂ ਦੇ ਪਿਤਾ ਨੂੰ ਸ਼ਹੀਦ ਕਰ ਦਿੱਤਾ ਗਿਆ ਪਾਸਲਿਸ਼ਾ ਸੁਲਤਾਨ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਮੈਂ ਆਪਣੇ ਬਾਪ ਨੂੰ ਖੋਇਆ ਮੈਂ ਨਹੀਂ ਚਾਹੁੰਦਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੋਈ ਹੋਰ ਵੀ ਪੁੱਤਰ ਆਪਣੇ ਬਾਪ ਨੂੰ ਖੋਏ। ਕਿ ਕੋਈ ਵੀ ਮਾਂ ਆਪਣੇ ਪੁੱਤਰ ਨੂੰ ਨਾ ਤਰਸੇ ਕੋਈ ਵੀ ਬੇਟਾ ਆਪਣੇ ਬਾਪ ਨੂੰ ਨਾ ਤਰਸੇ ਇਸ ਕਰਕੇ ਮੈਂ ਚਾਹਨਾ ਵਾਂ ਕਿ ਇਹੋ ਜਿਹੇ ਪੇਜਿਸ ਉੱਤੇ ਕਾਰਵਾਈ ਕੀਤੀ ਜਾਵੇ ਤੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਖਰਾਬ ਹੋਣ ਤੋਂ ਟੁੱਟਣ ਤੋਂ ਰੋਕਿਆ ਜਾਵੇ ਇਸੀ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦਿਆਂ ਪਾਸਟਰ ਅਲੀਸ਼ਾ ਸੁਲਤਾਨ ਜੀ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਨੋ ਕਨਵਰਜਨ ਹੈਂਡਲ ਦੇ ਅਣਜਾਣ ਆਨਰ ਦੇ ਉੱਤੇ ਮਾਲਕ ਦੇ ਉੱਤੇ ਐਫ ਆਈ ਆਰ ਦਰਜ ਕਰਵਾਈ ਤੇ ਇਸ ਐਫ ਆਈ ਆਰ ਦੇ ਜਵਾਬ ਸਦਕਾ ਬਹੁਤ ਸਾਰੇ ਲੋਕਾਂ ਨੂੰ ਪ੍ਰਸ਼ਾਸਨ ਨੇ ਨજરਬੰਦ ਕੀਤਾ ਤੇ ਬਹੁਤ ਸਾਰੇ ਲੋਕਾਂ ਨੂੰ ਪੁਛਗੇ ਚੱਲ ਰਹੀ ਹੈ ਤਾਂ ਕਿ ਇਸ ਪੇਜ ਦੇ ਐਡਮਿਨ ਉਤੇ ਕਾਰਵਾਈ ਕੀਤੀ ਜਾ ਸਕੇ ਪਾਸਲਿਸ਼ਾ ਸੁਲਤਾਨ ਜੀ ਦਾ ਕਹਿਣਾ ਹੈ ਕਿ ਭਾਰਤ ਡੈਮੋਕ੍ਰੇਸੀ ਦਾ ਇੱਕ ਬਹੁਤ ਖੂਬਸੂਰਤ ਉਦਾਹਰਣ ਹੈ ਇੱਥੇ ਸਭ ਧਰਮ ਆਪਸ ਦੇ ਵਿੱਚ ਮਿਲ ਕੇ ਰਹਿੰਦੇ ਨੇ ਸਾਰੀਆਂ ਕਮਿਊਨਿਟੀ ਸਾਰੀਆਂ ਜਾਤਾਂ ਆਪਸ ਦੇ ਵਿੱਚ ਇੰਨਾ ਮਿਲਜੁਲ ਕੇ ਰਹਿੰਦੀਆਂ ਨੇ ਕਿ ਕਿਸੇ ਨੂੰ ਤੇ ਕੋਈ ਕਿਸੇ ਤੋਂ ਸ਼ਿਕਾਇਤ ਨਹੀਂ ਆ ਮਗਰ ਜਦ ਤੱਕ ਕਿ ਹੇਟ ਸਪੀਚ ਫਿਲਾਣ ਵਾਲੇ ਲੋਕ ਕਿਸੇ ਇੱਕ ਪਾਰਟਿਕੂਲਰ ਧਰਮ ਨੂੰ ਜਾਤ ਨੂੰ ਟਾਰਗੇਟ ਕਰਕੇ ਲੋਕਾਂ ਨੂੰ ਪੜਕਾਣ ਨਾ ਉਦੋਂ ਤੱਕ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆ ਪਰ ਜਦ ਇਹ ਲੋਕ ਲੋਕਾਂ ਨੂੰ ਪੜਕਾਉਂਦੇ ਨੇ ਲੋਕਾਂ ਦੇ ਮਨਾਂ ਨੂੰ ਗੰਦਗੀ ਨਾਲ ਭਰਦੇ ਨੇ ਤਾਂ ਲੋਕ ਭੜਕ ਕੇ ਕਿਸੇ ਦੂਸਰੀ ਜਾਤ ਨੂੰ ਕਿਸੇ ਦੂਸਰੇ ਧਰਮ ਨੂੰ ਟਾਰਗੇਟ ਕਰਦੇ ਨੇ ਉਹਨਾਂ ਨੂੰ ਨੀਵਾ ਦੱਸਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਉੱਤੇ ਅਟੈਕ ਕਰਨ ਦੀ ਉਹਨਾਂ ਨੂੰ ਦੱਬੜਨ ਦੀ ਕੋਸ਼ਿਸ਼ ਕਰਦੇ ਨੇ ਜੋ ਕਿ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਖਿਲਾਫ ਹੈ ਪਾਸਲਿਸ਼ਾ ਸੁਲਤਾਨ ਜੀ ਦੱਸਦੇ ਨੇ ਕਿ ਮੇਰਾ ਇਸ ਐਫਆਈਆ ਨੂੰ ਕਰਵਾਉਣ ਦਾ ਮਕਸਦ ਕੇਵਲ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣਾ ਹੈ ਤਾਂ ਕਿ ਕੋਈ ਵੀ ਕਿਸੇ ਦੇ ਪ੍ਰਤੀ ਕੋਈ ਵੀ ਗੰਦੀ ਜਾਂ ਪੱਦੀ ਸ਼ਬਦਾਵਲੀ ਨਾ ਬੋਲੇ ਭਾਰਤ ਦੇ ਵਿੱਚ ਸਭ ਜਨ ਮਿਲ ਜੁਲ ਕੇ ਰਹਿਣ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਧੰਨਵਾਦ